ਸੰਗਰੂਰ ਚ ਘੱਗਰ ਦਾ ਕਹਿਰ ਲਗਾਤਾਰ ਜਾਰੀ ਹੈ। ਘੱਗਰ ਚ ਪਏ ਪਾੜ ਕਾਰਨ ਸੰਗਰੂਰ ਦੇ ਕਈ ਪਿੰਡ ਪ੍ਰਭਾਵਿਤ ਹੋਏ ਨੇ। ਲਗਾਤਾਰ ਵੱਧ ਰਹੇ ਪਾਣੀ ਕਾਰਨ ਪਿੰਡਾਂ ਦੇ ਲੋਕ ਸਹਿਮ ਚ ਨੇ, ਜਿਨ੍ਹਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਦੱਸ ਦਈਏ ਕਿ ਪਟਿਆਲਾ ਤੋਂ ਬਾਅਦ ਸੰਗਰੂਰ ਚ ਘੱਗਰ ਨੂੰ ਪਾੜ ਪੈ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਤੇ ਨਾਲ ਹੀ ਸੰਗਰੂਰ ਦੇ ਇਹਨਾਂ ਪਿੰਡਾਂ ਚ ਹੜ੍ਹ ਦਾ ਖਤਰਾ ਵੱਧ ਚੁੱਕਿਆ ਤੇ ਲੋਕ ਦਹਿਸ਼ਤ ਦੇ ਮਾਹੌਲ ਚ ਨੇ, ਜੋ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾ ਰਹੇ ਨੇ ਕਿ ਇਸ ਬੰਨ ਨੂੰ ਜਲਦ ਹੀ ਪੂਰਿਆ ਜਾ ਸਕੇ। ਬਾਈ ਕੱਲ ਦਾ ਪਾੜ ਪਿਆ ਹੋਇਆ, ਪਾੜ ਉਦੋਂ ਵੀ ਦੁੱਗਣਾ ਜ਼ਿਆਦਾ ਹੋ ਗਿਆ, ਹਜ਼ਾਰਾਂ ਏਕੜ 'ਚ ਤਬਾਹ ਹੋ ਗਈਆਂ ਫਸਲਾਂ। ਅਸੀਂ ਕੱਲ ਉੱਥੇ ਜਾ ਰਹੇ ਤੇ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਮੌਕੇ ਤੇ, ਕੁਛ ਨਹੀਂ ਕਰਿਆ ਹੈਗਾ, ਸਭ ਸਾਡੇ ਤੱਕ ਥੈਲੇ ਤੱਕ ਵੀ ਨਹੀਂ ਪਹੁੰਚੇ ਹੈਗੇ। ਸ਼ਾਮ ਨੂੰ ਜਦੋਂ ਐਨ ਜ਼ਿਆਦਾ ਖੁੱਲ੍ਹ ਗਿਆ, ਫਸਲਾਂ ਡੁੱਬ ਗਈਆਂ ਸਾਡੀਆਂ, ਫਿਰ ਆ ਕੇ ਮਗਰੋਂ ਨੰਬਰ ਬਣਾਉਣ ਲੱਗ ਗਏ। ਨਹੀਂ ਹੁੰਦਾ ਜੀ, ਹੁਣ ਨਹੀਂ ਹੁੰਦਾ ਜੀ, ਕੱਲ੍ਹ ਆ ਜਾਂਦੇ ਸਵੇਰੇ ਫਿਰ ਬੰਦ ਹੋ ਜਾਂਦਾ ਸਾਡੇ ਦਾ। ਦੇਖੋ ਚਾਰ ਚੁਫੇਰੇ ਫਸਲਾਂ ਤਬਾਹ ਹੋ ਗਈਆਂ। ਅਸੀਂ ਕੱਲ੍ਹ ਉੱਥੇ ਲੱਗੇ ਰਹੇ, ਸਾਡੇ ਬੋਰ ਵੀ ਟੁੱਟ ਗਏ, ਹੁਣ ਪਾਣੀ ਬੰਦ ਕਰਕੇ ਆਏ ਹਾਂ, ਬੋਰਾਂ 'ਚੋਂ ਪੈਣੋਂ ਹਟਾ ਕੇ ਆਏ ਹਾਂ, ਸਾਡੇ ਬੋਰ ਵੀ ਖਰਾਬ ਹੋ ਗਏ ਸਾਰੇ ਜੀ। ਸਾਨੂੰ ਤਾਂ ਇੰਨੀ ਸਰਮੱਥਿਆ ਜੀ, ਹੁਣ ਦੇਸ਼ ਤੱਕ ਸਿਖਾ ਕੇ ਮਰ ਜਾਈਏ, ਸਾਡੀ ਫਸਲ ਦੀ ਸਾਰੀ ਡੁੱਬ ਗਈ। ਠੇਕੇ 'ਤੇ ਜ਼ਮੀਨਾਂ ਲਈਆਂ ਤੀਆਂ, ਕਿੱਲਾ ਕਿੱਲਾ ਦੋ ਦੋ ਕਿੱਲੇ ਉਹਨੇ ਛੋਟੇ ਜ਼ਿਮੀਂਦਾਰਾਂ ਦੇ, ਉਹ ਵੀ ਫਸਲ ਬਰਬਾਦ ਹੋ ਗਈ। ਜਿੱਦਾਂ ਨੇ ਠੇਕੇ 'ਤੇ ਲਈਆਂ ਨੇ ਹੁਣ ਪੰਚਾਇਤੀ ਜ਼ਮੀਨਾਂ, ਹੁਣ ਲਾ ਲਾ 7-7, 8-8 ਲੱਖ ਰੁਪਈਆ ਦਿੱਤਾ ਹੈ, ਉਹ ਵੀ ਬਰਬਾਦ ਹੋ ਗਈਆਂ ਸਾਰਾ ਕੁਛ। ਡੰਗਰਾਂ ਨੂੰ ਵੀ ਜੀ ਸਾਡੇ ਨੀਰਾ ਚਾਰਾ ਰਿਹਾ ਨਹੀਂ ਜੀ। ਪਿੰਡ 'ਚ ਸਰਮੱਥਿਆ ਦੇਖ, ਡੰਗਰ ਪਸ਼ੂ ਆ ਸਾਡੇ, ਉਹ ਵੀ ਸਾਰੇ ਸਾਡੇ ਭੁੱਖੇ ਖੜ੍ਹੇ ਨੇ। ਪਿੰਡ 'ਚ ਸਾਡੇ ਘੇਰਾ ਵੀ ਪੈ ਗਿਆ ਪਾਣੀ ਨੂੰ, ਸਾਨੂੰ 2 ਸੜਕਾਂ ਬੰਦ ਹੋ ਗਈਆਂ, ਸਾਡਾ ਕੋਈ ਹਾਲ ਨਹੀਂ, ਹੁਣ ਅਸੀਂ ਕੁਛ ਵੀ ਨਹੀਂ ਕਹਿ ਸਕਦੇ, ਸਾਡਾ ਤਾਂ ਮਰਨ 'ਚ ਹੋ ਗਿਆ ਇਹ ਕੰਮ। ਸਾਡੀਆਂ ਜੀ ਮੂਣਕਲੀਆਂ 2 ਸੜਕਾਂ ਬੰਦ ਨੇ, ਦੇਖੋ ਸਾਨੂੰ ਆਉਣ ਜਾਣ ਦੀ ਬਹੁਤ ਦਿੱਕਤ ਹੈ ਜੀ। ਬਾਕੀ ਸਾਡੀ ਜ਼ਮੀਨ ਹੈ ਜੀ ਸਾਰੀ ਡੁੱਬੀ ਪਈ ਹੈ ਜੀਰੀ। ਪਿੰਡ ਦੇ ਆਲੇ ਦੁਆਲੇ ਜੀ ਬੰਨ ਹੈ ਜਿਹੜਾ, ਉਹ ਬੰਨ ਸਾਰਾ ਬੇਕਾਰ ਹੈ ਜੀ। ਦੁਬਾਰੇ ਦੇਖੋ ਇਹ 'ਤੇ ਮਿੱਟੀ ਪੈਣੀ ਚਾਹੀਦੀ ਹੈ ਜੀ, ਹੁਣ ਇਹ ਪੱਕਾ ਹੋਣਾ ਚਾਹੀਦਾ ਜੀ। ਨਹੀਂ ਜੀ ਕੋਈ ਨਹੀਂ ਆਇਆ ਜੀ, ਉਰੇ ਕੋਈ ਨਹੀਂ ਆਇਆ ਜੀ ਤੱਕ ਜੀ। ਦੱਸ ਦਈਏ ਕਿ ਪਹਿਲਾਂ ਪ੍ਰਸ਼ਾਸਨ ਨਾਲ ਮਿਲ ਕਿਸਾਨਾਂ ਵੱਲੋਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਸੰਗਰੂਰ ਦੇ ਡੀਸੀ ਵੱਲੋਂ ਆਰਮੀ ਤੇ NDRF ਦੀ ਮੰਗ ਕੀਤੀ ਗਈ ਸੀ ਤੇ ਹੁਣ ਕੱਲ੍ਹ ਤੋਂ ਹੀ NDRF ਤੇ ਆਰਮੀ ਦੀਆਂ ਟੀਮਾਂ ਵੱਲੋਂ ਬੰਨ ਬਣਾਉਣ ਲਈ ਮੋਰਚਾ ਸਾਂਭਿਆ ਗਿਆ, ਪਰ ਹਾਲੇ ਤੱਕ ਬੰਨ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਪਿੰਡਾਂ ਦੇ ਲੋਕ ਪ੍ਰਸ਼ਾਸਨ ਨੂੰ ਹੀ ਗੁਹਾਰ ਲਗਾ ਰਹੇ ਨੇ ਕਿ ਸਮੇਂ ਰਹਿੰਦੇ ਹੀ ਇਸ ਸਮੱਸਿਆ ਦਾ ਹੱਲ ਕੱਢ ਲੈਣਾ ਚਾਹੀਦਾ। ਸੰਗਰੂਰ ਤੋਂ ਸਪੰਦਈਆ ਦੀ ਰਿਪੋਰਟ, ਦੈਨਿਕ ਸਵੇਰਾ TV।